কে কুথি কুথি আই দুয়া জানা হ্যাঁ রাজ ਅਸਲਾਮ ਅਲੈਕੁਮ ਜੀ ਮੈਂ ਸੁਣਾ ਭਰਾ ਨਦੀਮ ਬਾਈ ਉਮੀਦ ਕਰਨਾ ਸਾਰੇ ਖੈਰ ਹੋਈਏ ਤੁਹਾਨੂੰ ਦੱਸ ਸਕਦਾ ਅੱਲਾਹ ਤਾਲਾ ਨੇ ਹਿਫਜ਼ੋ ਇਮਾਨ ਵਿੱਚ ਸੰਤ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਬੜੇ ਅੱਛੇ ਤਰੀਕੇ ਨਾਲ ਗੁਜ਼ਾਰਨ ਲੱਗੇ ਹੋ ਸਨ ਸੁਬਹ ਸੁਬਹ ਉੱਠੇ ਹਾਂ ਨਾਤੇ ਹਾਂ ਸਕੂਨ ਨਾਲ ਬਾਹਰ ਧੁੱਪ ਚੜ੍ਹੀ ਹੈ ਬੜੀ ਪਿਆਰੀ ਜੇ ਸਾਰੇ ਨਾ ਗਰਮੀਆਂ ਹੀ ਧੁੱਪ ਹੋਣੀ ਹੈ ਇਹ ਹਿਸਾਬ ਹੈ ਤਾਂ ਹੁਣ ਸਭ ਤੋਂ ਪਹਿਲੇ ਇੱਕ ਅਸਾਂ ਨਾਸ਼ਤਾ ਨਾਸ਼ਤੇ ਤੋਂ ਬਾਅਦ ਫਿਰ ਚੱਲ ਸਾਂ ਦੁਕਾਨ 'ਤੇ ਅਤੇ ਨਾਸ਼ਤਾ ਦੱਸਣੀ ਤੁਸੀਂ ਕਿਹਾ ਵੇ ਨਾਸ਼ਤੇ ਵਿੱਚ ਅਤੇ ਅੱਜ ਦਾ ਵਲਾਗ ਜਿਹੜਾ ਉਹ ਬੜਾ ਹੀ ਮਜ਼ੇਦਾਰ ਹੋਣ ਵਾਲਾ ਹੈ ਤਾਂ ਵੈਲਕਮ ਨਦਰ ਵੀ ਲੋਕ ਜਨਾਬ ਤਾਂ ਨਾਸ਼ਤਾ ਆ ਗਿਆ ਵੈ ਲੱਸੀ ਨਹੀਂ ਕੜੀ ਬੜੀ ਪਿਆਰੀ ਲੱਸੀ ਕੜੀ ਪੱਕੀ ਹੈ ਅਤੇ ਇੱਧਰ ਤੱਕ ਨਹੀਂ ਇੱਧਰ ਕਹਿ ਮਾਸ਼ਾਅੱਲਾ ਜੀ ਮਾਸ਼ਾਅੱਲਾ ਮਾਸ਼ਾਅੱਲਾ ਪਰੌਂਠਾ ਵਾਹ ਹੁਣ ਕਰਨੇ ਆ ਨਾਸ਼ਤਾ ਅਤੇ ਇੱਕ ਚੀਜ਼ ਹੋਰ ਸੀ ਮੈਂ ਦੱਸਣੀ ਹੈ ਉਹ ਵੀ ਤੱਕ ਉਸ ਮਾਸ਼ਾਅੱਲਾ ਜੀ ਇਹ ਪਿੱਛੇ ਜੀ ਤਸਵੀਰ ਸਾਨੂੰ ਲੱਗੀ ਤੱਕਣ ਲੱਗੀ ਹੋਣਾ ਇਹ ਮੇਰੇ ਦਾਦਾ ਬੂ ਨਹੀਂ ਹੈ ਦਾਦਾ ਬੂ ਤਾਂ ਦੁਨੀਆਂ ਚਲੇ ਗਏ ਲੇਕਿਨ ਉਹਨਾਂ ਯਾਦਾਂ ਹੀ ਰਹਿ ਗਈਆਂ ਨਾ ਅਤੇ ਚਲੋ ਅੱਲਾਹ ਤਾਲਾ ਉਹਨਾਂ ਦੀ ਮਫਰਤ ਸੁਣਵਾਉਣ ਅਤੇ ਬੜੀ ਅੱਛੀ ਜ਼ਿੰਦਗੀ ਉਹਨਾਂ ਗੁਜ਼ਾਰੀ ਹੈ ਅਤੇ ਬੜੀ ਕਮੀ ਮਹਿਸੂਸ ਹੋਣੀ ਹੈ ਕਿ ਮੇਰੀ ਦਾਦਾ ਬੂ ਨਹੀਂ ਚਲੋ ਅੱਲਾਹ ਤਾਲਾ ਹੈਰ ਕਰਨ ਅਤੇ ਮਿਲਣੇ ਆ ਦਿਹਾੜੀ ਗੱਪ ਸ਼ੱਪ ਲਾਉਣੇ ਆ ਸੁਣਨ ਤਾਂ ਅੱਜ ਨਾਲ ਦਿਹਾੜ ਬੜੀ ਅੱਛੀ ਗੁਜ਼ਰਨ ਰਹੀ ਹੈ ਅੱਜ ਜਨਾਬ ਬਹੁਤ ਪਰੇਸ਼ਾਨ ਹਾਂ ਬਹੁਤ ਜ਼ਿਆਦਾ ਤੁਸਾਂ ਪਹਿਲੀ ਵੀਡੀਓ ਮਾਰੀ ਤੱਕੀ ਸੀ ਕਿ ਅਸਾਂ ਘਰ ਬੱਕਰੀ ਸੂਈ ਸੀ ਦੋ ਬਗਰੋਟੇ ਦਿੱਤੇ ਸੀ ਸਰ ਇੱਕ ਹੀ ਅਨਾਜ ਸੀ ਦਾਦਾ ਮੀ ਦਾ ਸੀ ਜਿਹੜਾ ਉਹ ਜਿਹੜਾ ਸ਼ਹੀਦਾਂ ਸੀ ਸਮਝ ਲਓ ਛੋਟਾ ਲੇਲਾ ਸੀ ਜਿਹੜਾ ਉਸਨੇ ਯਾਨੀ ਕਿ ਬਿਮਾਰ ਸੀ ਉਹ ਮਸੇ ਫੋਨ ਆਇਆ ਕਰੂ ਕਿ ਉਸਕੀ ਹਾਲਤ ਖਰਾਬ ਖੜਿਆ ਹੋਇਆ ਅੰਮੀ ਦੀ ਤਾਂ ਮੰਨਿਆ ਅਸਾਂ ਕਿ ਠੀਕ ਹੋਈ ਸੀ ਠੀਕ ਹੋਈ ਸੀ ਲੇਕਿਨ ਕਾਫੀ ਯਾਨੀ ਕਿ ਬਿਮਾਰ ਹੋਇਆ ਸੀ ਤਾਂ ਹੁਣ ਘਰੋਂ ਫੋਨ ਆਇਆ ਕਿ ਉਸਕੀ ਹਾਲਤ ਖਰਾਬ ਖੜਿਆ ਹੋਇਆ ਨਿੱਕਾ ਜਿਹੜਾ ਭਤੀਜਾ ਮਾੜਾ ਮੁਹੰਮਦ ਇਤਜ਼ਾ ਅਲੀ ਉਹ ਬੜਾ ਰੋਣ ਲੱਗਿਆ ਜੀ ਉਹ ਕੁਧਰ ਗਿਆ ਜੀ ਕੁਧਰ ਗਿਆ ਮਾੜਾ ਲੇਲਾ ਕਿੱਧਰ ਗਿਆ ਹੁਣ ਜਾ ਘਰ ਚੈੱਕ ਕਰਦੇ ਹਾਂ ਕਿ ਕਿਆ ਸਿਸਟਮ ਹੈ ਕਿ ਬੜਾ ਦੁੱਖ ਹੋਇਆ ਸੀਗਾ ਤਾਂ ਕਿ ਦੋ ਗੱਠਿਆਂ ਅੱਗੇ ਪਿੱਛੇ ਜਾਣੇ ਸਨ ਤਾਂ ਬੜਾ ਬੇੜਾ ਯਾਨੀ ਕਿ ਅਸਾਂ ਭਰਿਆ ਭਰਿਆ ਲੱਗਣਾ ਸੀ ਅੱਜ ਉਹ ਤੱਕਣੇ ਜਾ ਘਰ ਜਾ ਦੱਸਦੇ ਹਾਂ ਅਸਾਂ ਕੀ ਸੁਬਹਾ ਬਿਲਕੁਲ ਠੀਕ ਠਾਕ ਸੀ ਹੁਣ ਪਤਾ ਨਹੀਂ ਕਿਆ ਹੋਇਆ ਸਰ ਬਾਕੀ ਚਲੋ ਬਾਕੀ ਯਾਰ ਲੇਲਾ ਕੁਦਰ ਗਿਆ ਦੂਆ ਕੋਈ ਪਤਾ ਨੋ ਜੀ ਆਪਣੇ ਘਰ ਟੁੱਟ ਗਿਆ ਉਹ ਦੂਰ ਦੂਰ ਆਪੇ ਘਰ ਟੁੱਟ ਗਿਆ ਜਨਾਬ ਅੱਜ ਦੂਆ ਲੇਲਾ ਜਿਹੜਾ ਉਹ ਜ਼ਬਾ ਹੋ ਗਿਆ ਵੈ ਛੋਟਾ ਅਤੇ ਇੱਕ ਉਹ ਚਰਨ ਲੱਗੇ ਉੱਧਰ ਭਰੇ ਇੱਕ ਉਹ ਵੈ ਦੋ ਵੈ ਤੱਕ ਨਾ ਬੱਕਰੀ ਤੈ ਲੇਲਾ ਇੱਧਰ ਨਾ ਅਤੇ ਸਾਰੇ ਪੁੱਛਣ ਲੱਗੇ ਸ਼ੀ ਦੱਗ ਤਾਂ ਗਿਆ ਮੀ ਦੱਗ ਗਿਆ ਤਾਂ ਕਿਆ ਹੋਇਆ ਲੇਲੇ ਕੀ ਦੱਦੀ ਹੋਈ ਹੈ ਸਰ ਨਾ ਜੀ ਢੱਠਾ ਸੀ ਕੁਤੂ ਢੱਠਾ ਸੀ ਕਿਥੋਂ ਸੀ ਕੋਠੇ ਪਰੋਂ ਕਿਆ ਆਇਆ ਸੀ ਸਰ ਦੱਦੀ ਹੋਈ ਹੈ ਸਰ ਓਹੋ ਤਾਂ ਤੁਸੀਂ ਰੋਏ ਸੋ ਕਿਤਨੇ ਜ਼ਿਆਦਾ ਆ ਸ਼ੇਰ ਹੋ ਜੀ ਜ਼ਿਆਦਾ ਰੋਏ ਨੀ ਜੀ ਸ਼ਹੀਦੇ ਜੀ ਹੁਣ ਜ਼ਬਾ ਕੱਢ ਛੁੜਿਆ ਨੇ ਅਤੇ ਮੀਤਾ ਸਾਹਿਬ ਉਹ ਚਰਨ ਲੱਗੇ ਨੇ ਅਤੇ ਭੁੱਖੇ ਸਨ ਇਸ ਵਜ੍ਹਾ ਤੋਂ ਮੈਂ ਕਿ ਇਹਨਾਂ ਦੀ ਚਾਲ ਲਗੀਏ ਅਤੇ
ਅਸੀਂ ਦਿਲ ਕੋ ਨਹੀਂ ਕਰਨ ਲੱਗੇ ਵਲੌਗ ਬਣਾਉਣੇ ਤਾਂ ਜਿਹੜਾ ਬੰਦੇ ਆਇਆ ਪੁੱਛਣਾ ਆਉਣਾ ਜੀ ਉਹ ਸ਼ਹੀਦਾ ਕਿੱਧਰ ਗਿਆ ਜੀ ਸ਼ਹੀਦਾ ਜੀ ਬਸ ਉਹ ਬਿਮਾਰ ਹੋਇਆ ਦੋ ਦਿਨ ਬਸ ਥੋੜ੍ਹਾ ਕਲਕਾ ਸਿਹਤ ਲੱਗੀ ਖਰਾਬ ਹੋਈ ਕੁਛ ਪਿਸ਼ਾਬ ਬੰਦ ਹੋ ਗਿਆ ਸੀ ਉਸ ਨਾਲ ਚਲੋ ਇਹ ਜ਼ਿੰਦਗੀ ਨਾਲ ਕਿ ਸਭ ਹੈ ਪਤਾ ਨਹੀਂ ਕਿ ਜ਼ਬਾ ਕੱਢ ਛੁੜਿਆ ਹਾਂਜੀ ਕਿਆ ਗੱਲ ਹੈ ਕਈ ਕਿਆ ਗੱਲ ਹੈ ਜਾਨਵਰਾਂ ਕੀ ਪਤਾ ਹੋਣਾ ਇਹ ਜੀ ਮੀਤਾ ਚੱਲਣ ਲੱਗੇ ਹੈ ਘੱਲਾ ਹੀ ਬਲ ਕੇ ਆਵਣ ਲੱਗੇ ਹੈ ਆ ਜਾ ਇੱਥੇ ਦੋਵੇਂ ਚੱਲਣ ਨੂੰ ਸਾ ਜੇ ਘੱਲਾ ਹੀ ਹੈ ਚਲੋ ਇੱਕ ਚੱਲਣ ਲੱਗੇ ਹੈ ਜੀ ਆ ਗਿਆ ਹਾਂਜੀ ਕਹਿ ਕਹਿ ਕੁੱਥੀ ਕੁੱਥੇ ਅੱਜ ਦੂਆ ਜਣਾ ਹੈਂ ਰਾਜ ਹੈ